ਸਾਡੇ ਨਾ ਮਾਨ ਸਰਕਾਰ ਨੇ 14 ਮਹੀਨੇ ਤੋਂ ਕਿਸੇ ਵੀ ਖਾਤਿਆਂ 'ਚ ਮਾਨ ਪਤਾ ਨਹੀਂ ਪਾਇਆ, 14 ਮਹੀਨੇ ਤੋਂ ਸਾਡੀ ਤਨਖਾਹਾਂ ਰੋਕੀ ਹੋਈਆਂ, ਇਸ ਕਰਕੇ ਅਸੀਂ ਇੱਥੇ ਲਗਾਤਾਰ ਧਰਨਾ ਲਾਇਆ ਹੋਇਆ। ਅੱਜ ਸਾਨੂੰ ਚੌਥਾ ਦਿਨ ਹੈ ਇੱਥੇ ਧਰਨੇ 'ਤੇ। ਅੱਜ ਅਸੀਂ ਕਾਲੀ ਚੁਨੀਆਂ ਅਤੇ ਪਲੇਟਾਂ ਦੇ ਚਮਚ ਲੈ ਕੇ ਸਰਕਾਰ ਨੂੰ ਜਗਾਉਣ ਵਾਸਤੇ ਆਏ ਹਾਂ ਵੀ ਕੀ ਪਤਾ ਇਹ ਸ਼ੋਰ ਤੋਂ ਵੀ ਸਰਕਾਰ ਦੇ ਕੰਨ ਖੁੱਲ੍ਹ ਜਾਣ, ਵੀ ਜਿਹੜਾ ਮਾਨ ਭੱਤਾ ਰੋਕਿਆ ਹੋਇਆ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਦਾ ਵੀ ਖਾਤਿਆਂ 'ਚ ਪਾਇਆ ਜਾਵੇ, ਕਿਉਂਕਿ ਜਿਹੜਾ ਇਹ ਬਠਿੰਡਾ ਬਲਾਕ ਹੈ ਇਕੱਲਾ ਓਨਲੀ, ਕਿਉਂਕਿ ਬਠਿੰਡਾ ਬਲਾਕ ਦੀ ਤਨਖਾਹ ਰੋਕੀ ਹੋਈ ਹੈ। ਇਸ ਜਿਹੜਾ ਬਠਿੰਡਾ ਬਲਾਕ ਹੈ ਇਹ ਐਨ ਜੀ ਓ ਦੇ ਅੰਡਰ ਆਉਂਦਾ, ਅਸੀਂ ਚਾਹੁੰਦੇ ਵੀ ਸਾਨੂੰ ਐਨ ਜੀ ਓ 'ਚੋਂ ਬਾਹਰ ਕੱਢਿਆ ਜਾਵੇ ਅਤੇ ਸਾਡਾ ਜਿਹੜਾ ਮਾਨ ਪਤਾ ਉਹ ਸਮੇਂ ਸਿਰ ਪਾਇਆ ਜਾਵੇ। ਤੁਹਾਡੇ ਸਾਥੀ ਹੋਰ ਕਿੰਨੇ ਲੋਕ ਨੇ ਜਿਨ੍ਹਾਂ ਦੀ ਸੈਲਰੀ ਰੁਕੀ ਹੋਈ? ਇਕੱਲਾ ਬਠਿੰਡਾ ਬਲਾਕ ਹੈ ਜੀ, ਬਾਕੀ ਸਾਰਾ ਦੀ ਆਉਂਦੀ ਹੈ। ਇਕੱਲਾ ਇੱਥੇ 250 ਸੈਂਟਰ ਹੈ, ਵੀ 1000 ਕੁੜੀਆਂ ਹੈਗੀਆਂ ਜਿਨ੍ਹਾਂ ਦੀ ਨਹੀਂ। ਮੰਗ ਇਹ ਕਰਦੇ ਵੀ ਜਿਹੜਾ 14 ਮਹੀਨਾ ਤੋਂ ਸਾਡਾ ਮਾਨ ਪਤਾ ਨਹੀਂ ਪਾਇਆ ਉਹ ਸਾਡੇ ਖਾਤਿਆਂ 'ਚ ਪਾਇਆ ਜਾਵੇ। ਸਾਡੇ ਨਾ ਮਾਨ ਸਰਕਾਰ ਨੇ 14 ਮਹੀਨੇ ਤੋਂ ਕਿਸੇ ਵੀ ਖਾਤਿਆਂ 'ਚ ਮਾਨ ਪਤਾ ਨਹੀਂ ਪਾਇਆ, 14 ਮਹੀਨੇ ਤੋਂ ਸਾਡੀ ਤਨਖਾਹਾਂ ਰੋਕੀ ਹੋਈਆਂ, ਇਸ ਕਰਕੇ ਅਸੀਂ ਇੱਥੇ ਲਗਾਤਾਰ ਧਰਨਾ ਲਾਇਆ ਹੋਇਆ। ਅੱਜ ਸਾਨੂੰ ਚੌਥਾ ਦਿਨ ਹੈ ਇੱਥੇ ਧਰਨੇ 'ਤੇ। ਅੱਜ ਅਸੀਂ ਕਾਲੀ ਚੁਨੀਆਂ ਅਤੇ ਪਲੇਟਾਂ ਦੇ ਚਮਚ ਲੈ ਕੇ ਸਰਕਾਰ ਨੂੰ ਜਗਾਉਣ ਵਾਸਤੇ ਆਏ ਹਾਂ ਵੀ ਕੀ ਪਤਾ ਇਹ ਸ਼ੋਰ ਤੋਂ ਵੀ ਸਰਕਾਰ ਦੇ ਕੰਨ ਖੁੱਲ੍ਹ ਜਾਣ, ਵੀ ਜਿਹੜਾ ਮਾਨ ਭੱਤਾ ਰੋਕਿਆ ਹੋਇਆ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਦਾ ਵੀ ਖਾਤਿਆਂ 'ਚ ਪਾਇਆ ਜਾਵੇ, ਕਿਉਂਕਿ ਜਿਹੜਾ ਇਹ ਬਠਿੰਡਾ ਬਲਾਕ ਹੈ ਇਕੱਲਾ ਓਨਲੀ, ਕਿਉਂਕਿ ਬਠਿੰਡਾ ਬਲਾਕ ਦੀ ਤਨਖਾਹ ਰੋਕੀ ਹੋਈ ਹੈ। ਇਸ ਜਿਹੜਾ ਬਠਿੰਡਾ ਬਲਾਕ ਹੈ ਇਹ ਐਨ ਜੀ ਓ ਦੇ ਅੰਡਰ ਆਉਂਦਾ, ਅਸੀਂ ਚਾਹੁੰਦੇ ਵੀ ਸਾਨੂੰ ਐਨ ਜੀ ਓ 'ਚੋਂ ਬਾਹਰ ਕੱਢਿਆ ਜਾਵੇ ਅਤੇ ਸਾਡਾ ਜਿਹੜਾ ਮਾਨ ਪਤਾ ਉਹ ਸਮੇਂ ਸਿਰ ਪਾਇਆ ਜਾਵੇ। ਤੁਹਾਡੇ ਸਾਥੀ ਹੋਰ ਕਿੰਨੇ ਲੋਕ ਨੇ ਜਿਨ੍ਹਾਂ ਦੀ ਸੈਲਰੀ ਰੁਕੀ ਹੋਈ? ਇਕੱਲਾ ਬਠਿੰਡਾ ਬਲਾਕ ਹੈ ਜੀ, ਬਾਕੀ ਸਾਰਾ ਦੀ ਆਉਂਦੀ ਹੈ। ਇਕੱਲਾ ਇੱਥੇ 250 ਸੈਂਟਰ ਹੈ, ਵੀ 1000 ਕੁੜੀਆਂ ਹੈਗੀਆਂ ਜਿਨ੍ਹਾਂ ਦੀ ਨਹੀਂ। ਮੰਗ ਇਹ ਕਰਦੇ ਵੀ ਜਿਹੜਾ 14 ਮਹੀਨਾ ਤੋਂ ਸਾਡਾ ਮਾਨ ਪਤਾ ਨਹੀਂ ਪਾਇਆ ਉਹ ਸਾਡੇ ਖਾਤਿਆਂ 'ਚ ਪਾਇਆ ਜਾਵੇ। ਸਾਡੇ ਨਾ ਮਾਨ ਸਰਕਾਰ ਨੇ 14 ਮਹੀਨੇ ਤੋਂ ਕਿਸੇ ਵੀ ਖਾਤਿਆਂ 'ਚ ਮਾਨ ਪਤਾ ਨਹੀਂ ਪਾਇਆ, 14 ਮਹੀਨੇ ਤੋਂ ਸਾਡੀ ਤਨਖਾਹਾਂ ਰੋਕੀ ਹੋਈਆਂ, ਇਸ ਕਰਕੇ ਅਸੀਂ ਇੱਥੇ ਲਗਾਤਾਰ ਧਰਨਾ ਲਾਇਆ ਹੋਇਆ। ਅੱਜ ਸਾਨੂੰ ਚੌਥਾ ਦਿਨ ਹੈ ਇੱਥੇ ਧਰਨੇ 'ਤੇ। ਅੱਜ ਅਸੀਂ ਕਾਲੀ ਚੁਨੀਆਂ ਅਤੇ ਪਲੇਟਾਂ ਦੇ ਚਮਚ ਲੈ ਕੇ ਸਰਕਾਰ ਨੂੰ ਜਗਾਉਣ ਵਾਸਤੇ ਆਏ ਹਾਂ ਵੀ ਕੀ ਪਤਾ ਇਹ ਸ਼ੋਰ ਤੋਂ ਵੀ ਸਰਕਾਰ ਦੇ ਕੰਨ ਖੁੱਲ੍ਹ ਜਾਣ, ਵੀ ਜਿਹੜਾ ਮਾਨ ਭੱਤਾ ਰੋਕਿਆ ਹੋਇਆ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਦਾ ਵੀ ਖਾਤਿਆਂ 'ਚ ਪਾਇਆ ਜਾਵੇ, ਕਿਉਂਕਿ ਜਿਹੜਾ ਇਹ ਬਠਿੰਡਾ ਬਲਾਕ ਹੈ ਇਕੱਲਾ ਓਨਲੀ, ਕਿਉਂਕਿ ਬਠਿੰਡਾ ਬਲਾਕ ਦੀ ਤਨਖਾਹ ਰੋਕੀ ਹੋਈ ਹੈ। ਇਸ ਜਿਹੜਾ ਬਠਿੰਡਾ ਬਲਾਕ ਹੈ ਇਹ ਐਨ ਜੀ ਓ ਦੇ ਅੰਡਰ ਆਉਂਦਾ, ਅਸੀਂ ਚਾਹੁੰਦੇ ਵੀ ਸਾਨੂੰ ਐਨ ਜੀ ਓ 'ਚੋਂ ਬਾਹਰ ਕੱਢਿਆ ਜਾਵੇ ਅਤੇ ਸਾਡਾ ਜਿਹੜਾ ਮਾਨ ਪਤਾ ਉਹ ਸਮੇਂ ਸਿਰ ਪਾਇਆ ਜਾਵੇ। ਤੁਹਾਡੇ ਸਾਥੀ ਹੋਰ ਕਿੰਨੇ ਲੋਕ ਨੇ ਜਿਨ੍ਹਾਂ ਦੀ ਸੈਲਰੀ ਰੁਕੀ ਹੋਈ? ਇਕੱਲਾ ਬਠਿੰਡਾ ਬਲਾਕ ਹੈ ਜੀ, ਬਾਕੀ ਸਾਰਾ ਦੀ ਆਉਂਦੀ ਹੈ। ਇਕੱਲਾ ਇੱਥੇ 250 ਸੈਂਟਰ ਹੈ, ਵੀ 1000 ਕੁੜੀਆਂ ਹੈਗੀਆਂ ਜਿਨ੍ਹਾਂ ਦੀ ਨਹੀਂ। ਮੰਗ ਇਹ ਕਰਦੇ ਵੀ ਜਿਹੜਾ 14 ਮਹੀਨਾ ਤੋਂ ਸਾਡਾ ਮਾਨ ਪਤਾ ਨਹੀਂ ਪਾਇਆ ਉਹ ਸਾਡੇ ਖਾਤਿਆਂ 'ਚ ਪਾਇਆ ਜਾਵੇ।